ਅੱਛਾ ਜੀ ਆ ਨਦੀਮ ਭਾਈ ਤੋਹਫਾ ਲੈ ਕੇ ਆਏ ਨੇ ਅੱਛਾ ਨਦੀਮ ਭਾਈ ਇਹ ਮੱਝ ਏ ਇਹ ਮੱਝ ਏ ਜੀ ਮੱਝ ਏ ਜੀ ਇਹਦਾ ਰੰਗ ਕਿਹ ਜੈ ਇਹਦਾ ਰੰਗ ਜੀ ਸਫੈਦ ਚਿੱਟਾ ਅੰਗਰੇਜ਼ ਰੰਗ ਜੀ ਅੰਗਰੇਜ਼ ਰੰਗ ਜੀ ਅੱਛਾ ਅੰਗਰੇਜ਼ ਰੰਗ ਏ ਇਹ ਫੰਡਰ ਏ ਗੱਬਨ ਏ ਇਹ ਫੰਡਰ ਏ ਜੀ ਛੋਟੀ ਮੂੰਹ ਚੋਗੀ ਛੋਟੀ ਇੱਕ ਸੁਆ ਛੋਈ ਹੋਈ ਛੋਟੀ ਪਿਓਰ ਨੀਲੀ ਦੀ ਕੱਟੀ ਆ ਜੀ ਆ ਵੇਖੋ ਜੀ ਪਿਓਰ ਨੀਲੀ ਦੀ ਕੱਟੀ ਸਿੰਘੀਆਂ ਵੇਖੋ ਜੀ ਦੋ ਉਂਗਲਾਂ ਨਾਲ ਕੱਜੀਆਂ ਜੰਨੀਆਂ ਸਿੰਘੀਆਂ ਅੱਛਾ ਨਦੀਮ ਭਾਈ ਪਿਓਰ ਨੀਲੀ ਦੀ ਪਛਾਣ ਕੀ ਪਿਓਰ ਨੀਲੀ ਦੀ ਪਛਾਣ ਇਹ ਜੀ ਇੱਕ ਹੱਡੀ ਦੀ ਬਰੀਕ ਚਮੜੀ ਦੀ ਕੱਟੀ ਹੁੰਦੀ ਹੈ ਸਿੰਘ ਜਾਂ ਮੁੰਦਰੀ ਸਿੰਘ ਹੁੰਦੇ ਹੁੰਦੇ ਨੇ ਆਹ ਵੇਖੋ ਜੀ ਦੋ ਉਂਗਲੀਆਂ ਦੇ ਨਾਲ ਸਿੰਘੀਆਂ ਨਹੀਂ ਕੱਜੀਆਂ ਜਾਂਦੀਆਂ ਨੇ ਨਦੀਮ ਬਾਈ ਦਾ ਕਹਿਣਾ ਜੀ 290 ਰੁਪਏ ਕਿਲੋ ਕੱਟੀ ਕੱਟਾ 260 ਰੁਪਏ ਜਿੰਦਾ ਵਜ਼ਨ 150 ਕਿਲੋ ਤੱਕ ਹੋਵੇਗਾ ਜ਼ਿੰਦਾ ਅਗਰ 200 150 ਤੋਂ ਉੱਤੇ ਵਜ਼ਨ ਨਾਲ ਲੈਣਾ ਹੋਵੇ ਫਿਰ ਉਹਦਾ ਵਜ਼ਨ ਰੇਟ ਹੋਏਗਾ 270 ਰੁਪਏ ਕਿਲੋ ਨਦੀਮ ਬਾਈ ਇਸ ਤਰੀਕੇ ਹੀ ਹੈ ਅਸਲਾਮੁਅਲੈਕੁਮ ਨਾਜ਼ਰੀਨ ਮੈਂ ਹਾਂ ਆਪਕਾ ਮੇਜ਼ਬਾਨ ਇਨਾਮ ਅਨਸਾਰੀ ਯੂਨੀਵਰਸਲ ਟਾਪਿਕ ਸੇ आज की वीडियो के अंदर भाइयों को नीली रावी के कट्टे और कटियाँ दिखाई जाएंगी और इनके रेट्स के हवाले से भी डिस्कशन की जाएगी मेरे पास जो भाई खड़े हैं इन्होंने ये कट्टे और कटियाँ सेल किए हैं तो इनके पास जाएंगे इनसे पूछेंगे कि ये कट्टे इन्होंने किन को सेल किए हैं किस रेट पे सेल किए हैं एक एक चीज़ पूछी जाएगी मेरी आप भाइयों से गुजारिश है जिन्होंने अभी तक यूनिवर्सल टॉपिक को सब्सक्राइब नहीं किया वो सब्सक्राइब कर लें और बेल आइकान का बटन प्रेस कर दें तो भाई के पास चलते हैं इन्फॉर्मेशन का आगाज़ करते हैं जी असल वालेकुम सलाम जी अच्छा जी सब तो पहले आपका दा नाम दस दौ दस दौ थी लोकेशन की मेरा नाम जी नदीम मुगल मेरा नाम है जी ਤੇ ਲਖੇ ਨੇ ਸਾਡੀ ਜੀ ਅਸੀਂ ਪੰਜਾਖ ਪਿੰਡ 'ਚ ਬੈਠੇ ਹੋਏ ਆ ਜੀ ਤੇ ਅਗਰ ਨਨਕਾਣੇ ਸਾਹਿਬ ਤੋਂ ਮੋਟਰਵੇਅ ਵਾਲੀ ਸੜਕ ਤੋਂ ਆਓਗੇ 12 ਕਿਲੋਮੀਟਰ ਪੰਜਾਖ ਪਿੰਡ ਹੈ ਜੀ ਤੇ ਅਗਰ ਫੈਸਲਾਬਾਦ ਤੋਂ ਸ਼ਾਹਕੋਟ ਵਾਲੀ ਸੜਕ ਲੋ ਆਓਗੇ ਤੇ ਇਧਰੋਂ 14 ਕਿਲੋਮੀਟਰ ਸਾਡਾ ਜੀ ਪੰਜਾਖ ਪਿੰਡ ਹੈ ਜੀ ਅੱਛਾ ਜੀ ਨਦੀਮ ਸਾਹਿਬ ਇਹ ਦੱਸਿਆ ਜੀ ਇਸ ਟਾਈਮ ਤੁਹਾਡੇ ਕੋਲ ਕੱਟੇ-ਕਟੀਆਂ ਮਿਕਸ ਖੜੇ ਨੇ ਇਹ ਕਿੰਨੇ ਕੱਟੇ-ਕਟੀਆਂ ਖੜੇ ਨੇ ਇਹ ਸਾਡੇ ਕੋਲ ਕੱਟੇ-ਕਟੀਆਂ 50-55 ਕੱਟੇ-ਕਟੀਆਂ ਖੜੇ ਨੇ ਜੀ ਮਿਕਸ ਅੱਛਾ 50 ਕੱਟੇ-ਕਟੀਆਂ 55 ਮਿਕਸ ਖੜੇ ਹੋਏ ਨੇ ਅੱਛਾ ਇਹ ਦ ਇਹਨਾਂ ਦਾ ਵਜ਼ਨ ਕਟੀਆਂ ਜੀ 300 ਕਿਲੋ ਤੱਕ ਰਿਹਾ ਕਟੀਆਂ ਨੇ ਕਟਾ 150 120 ਕਿਲੋ ਵਾਲੀ 30 ਕਿਲੋ ਵਾਲੇ ਕੱਟੇ ਵੀ ਖੜੇ ਨੇ ਅੱਛਾ ਕਿਹੜੀ ਕਿਹੜੀ ਨਸਲ ਦੀਆਂ ਕਟੀਆਂ ਤੇ ਕੱਟੇ ਆਪਣੇ ਕੋਲ ਖੜੇ ਨੇ ਕਟੀਆਂ ਜ ਨੀਲੀ ਰਾਵੀ ਦੀਆਂ ਕਟੀਆਂ ਖੜੇ ਆਏ ਨੇ ਕੱਟੇ ਵੀ ਖੜੇ ਨੇ ਮੇਰੇ ਕੋਲ ਇੱਕ ਨਵੀਂ ਚੀਜ਼ ਹੀ ਤੁਹਾਨੂੰ ਵੀਰਾ ਭਰਾਣ ਤੋਹਫਾ ਦਿਖਾਉਣਾ ਉਹ ਵੀ ਮੇਰੇ ਕੋਲ ਇੱਕ ਖੜਾ ਆਇਆ ਸਾਈਵਾਲ ਵਛੇ ਕਰਾਸ ਵਛੇ ਰੰਗ ਦਾ ਜਾਨਵਰ ਖੜਾ ਹੈ ਜੀ ਅੱਛਾ ਜਿਹੜਾ ਤੋਹਫਾ ਖੜਾ ਹੈ ਉਹ ਕਿਹੜਾ ਹੈ ਉਹ ਹਾਓ ਜ਼ਰਾ ਫਿਰ ਆਪਦੇ ਦੋਸਤਾਂ ਨੂੰ ਉਹ ਤੋਹਫਾਓ ਜੀ ਵੀਰਾ ਭਰਾਣ ਵਿਖਾਉਣੇ ਆ ਅ ਇਹ ਮਾਝੇ ਜੀ ਮਾਝੇ ਜੀ ਇਹਦਾ ਰੰਗ ਕਿਹਜਾ ਇਹਦਾ ਰੰਗ ਜੀ ਸਫੈ ਚਿੱਟਾ ਅੰਗਰੇਜ਼ ਰੰਗ ਜੀ ਅੰਗਰੇਜ਼ ਰੰਗ ਜੀ ਅੱਛਾ ਅੰਗਰੇਜ਼ ਰੰਗ ਇਹ ਫੰਡਰ ਹੈ ਗੱਬਨ ਇਹ ਫੰਡਰ ਹੈ ਜੀ ਛੋਟੀ ਮੂੰਹ ਚੌਗੀ ਛੋਟੀ ਇੱਕ ਸੁਵਾ ਸੋਈ ਹੋਈ ਛੋਟੀ ਅੱਛਾ ਮਾਸ਼ਾਅੱਲਾ ਮੂੰਹ ਚੌਗੀ ਹੈ ਤੇ ਇੱਕ ਸੁਵਾ ਸੋਈ ਹੋਈ ਹੈ ਤੇ ਫੰਡਰ ਹੈ ਅੱਛਾ ਨਦੀਮ ਭਾਈ ਇਹ ਦੱਸਿਆ ਜੀ ਇਹਦੀ ਡਿਮਾਂਡ ਕੀ ਹੈ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ 1,60,000 ਰੁਪਏ ਆ ਜੀ 160000 ਰੁਪਇਆ ਮੂੰਹ ਦੋਂਦੀ ਏ ਚੌਗੀ ਏ ਤੇ ਇੱਕ ਸੁਬਾ ਸੋਈ ਏ ਤੇ ਜੇ ਕੋਈ ਤੋਲ ਕੇ ਲੈਣਾ ਚਾਵੇ ਤੋਲ ਕੇ ਉਹਨਾਂ ਨੂੰ ਮਿਲ ਜਾਏ 300 ਰੁਪਇਆ ਕਿਲੋ ਮਿਲੇਗੀ ਥੋੜਾ ਇਹਨੂੰ ਡੋਰ ਕੇ ਜ਼ਰਾ ਵਾਹ ਜਿੰਦੀ ਚਾਲ ਟਾਲਤਾ ਵਖਾਇਆ ਜੇ ਪਾਈ ਉਹਨਾਂ ਨੂੰ ਲਓ ਜੀ ਤੁਸੀਂ ਭਾਈ ਦੇਖ ਸਕਦੇ ਜੀ ਸਫੈਦ ਚਿੱਟੀ ਮੱਝ ਏ ਜੀ ਦੂਸਰਾ ਸੁਬਾ ਏ ਮੂੰਹ ਚਾਰ ਦੰਦ ਏ 160000 ਰੁਪਇਆ ਮੋٹے ਨਾਲ ਕਹਿ ਰਹੇ ਨੇ ਅਗਰ ਕੋਈ ਭਾਈ ਤੋਲ ਕੇ ਲੈਣਾ ਚਾਹਵੇ ਤੇ 300 ਰੁਪਏ ਕਿਲੋ ਅੱਛਾ ਨਦੀਮ ਭਾਈ ਚਲੋ ਠੀਕ ਹੈ ਮਾਸ਼ਾਅੱਲਾ ਸੋਹਣੀ ਮਾਜੇ اے ਭਾਈ ਇਹਨਾਂ ਪਕੜਾ ਦਿਓ ਮਾਜੇ ਤੇ ਕੋਈ ਕੱਟੇ ਕਟੀਆਂ ਸਾਨੂੰ ਖੋਲ ਕੇ ਵਹਾਓ ਸਾਡੇ ਵੇਖਣ ਵਾਲੇ ਭਾਈਆਂ ਨੂੰ ਉਹਨਾਂ ਦਾ ਸ਼ੌਕ ਪੂਰਾ ਕਰਵਾਓ ਨਦੀਮ ਭਾਈ ਜੀ ਤੁਹਾਨੂੰ ਕੱਟੇ ਕਟੀਆਂ ਖੋਲ ਕੇ ਵਹਾਵਣਗੇ ਇਨਸ਼ਾਅੱਲਾ ਨੀਲੀ ਦੀਆਂ ਕਟੀਆਂ ਨੀਲੀ ਦੇ ਕਟੇ ਮਸ਼ ਜੀ ਪਿਓਰ ਨੀਲੀ ਦੀ ਕੱਟੀ ਹੈ ਜੀ ਇਹ ਵੇਖੋ ਜੀ ਪਿਓਰ ਨੀਲੀ ਦੀ ਕੱਟੀ ਸਿੰਘੀਆਂ ਵੇਖੋ ਜੀ ਦੋ ਉਂਗਲਾਂ ਨਾਲ ਕੱਜੀਆਂ ਜੰਦੀਆਂ ਸਿੰਘੀਆਂ अच्छा ندیم بھائی प्योर नीली ਦੀ ਪਛਾਣ ਕੀ प्योर ਨੀਲੀ ਦੀ ਪਛਾਣ ਇਹ ਜੀ ਇੱਕ ਹੱਡੀ ਦੀ ਬਰੀਕ ਚੰਬੜੀ ਦੀ ਕੱਟੀ ਹੁੰਦੀ ਹੈ ਸਿੰਘ ਜਾਂ ਮੁੰਦਰੀ ਸਿੰਘ ਹੁੰਦੇ ਹੁੰਦੇ ਨੇ ਇਹ ਵੇਖੋ ਜੀ ਦੋ ਉਂਗਲੀਆਂ ਦੇ ਨਾਲ ਸਿੰਘੀਆਂ ਦੀ ਕੱਜੀਆਂ ਜਾਂਦੀਆਂ ਨੇ ਵੇਖੋ ਜੀ ਮਾਸ਼ਾਅੱਲਾ ਕਾਸ਼ ਸ਼ਾਹ ਕਾਲੀ ਕੱਟੀ ਹੈ ਪਿਓਰ ਨਦੀਮ ਭਾਈ ਕਹਿ ਰਹੇ ਨੇ ਸਿੰਘੀਆਂ ਵੇਖ ਸਕਦੇ ਇਹ ਅੱਖਾਂ ਵੇਖ ਸਕਦੇ ਉਹਦਾ ਚਿਹਰਾ ਮਾਸ਼ਾਅੱਲਾ ਸਾਰੀ ਕੱਟੀ ਕਾਲੀ ਸ਼ਾਇ ਅੱਛਾ ਨਦੀਮ ਭਾਈ ਇਹਦਾ ਵਜ਼ਨ ਕਿੰਨਾ ਹੋਵੇਗਾ ਇਹਦਾ ਵਜ਼ਨ ਜੀ 210 15 ਕਿਲੋ ਵਜ਼ਨਾਂ ਕੱਟੀ ਦਾ ਹੋ ਜਾਣਾ ਜੀ ਅੱਛਾ 210 15 ਕਿਲੋ ਵਜ਼ਨ ਹੋ ਜਾਏਗਾ ਅੱਛਾ ਨਦੀਮ ਭਾਈ ਇਹ ਦੱਸੇ ਕਟੀਆਂ ਜਿਹੜੀਆਂ ਤੁਸੀਂ ਦੇ ਰਏ ਜੇ ਤੋਲ ਕੇ ਦੇ ਰਹਾ ਨੇ ਮੁੱਟੇ ਨਾਲ ਦੇ ਰਹਾ ਜੀ ਇਹ ਜੀ ਤੋਲ ਕੇ ਦੇ ਰਹਾ ਹੈ ਤੋਲ ਕੇ ਕੀ ਰੇਟ ਤੋਲ ਕੇ ਦੇ ਰਹਾ ਜੀ ਇੱਕ ਕੱਟੀ ਦਾ 290 ਰੁਪਏ ਰੇਟ ਹੈ ਜੀ ਕੱਟੀ ਦਾ 290 ਰੁਪਏ ਰੇਟ ਤੇ ਵਜ਼ਨ ਕੀ ਹੋਵੇਗਾ ਵਜ਼ਨ 300 ਕਿਲੋ ਤੱਕਰ ਕੱਟੀ ਤੁਹਾਨੂੰ ਮਿਲੇਗੀ 290 ਨਾਲ ਉੱਤੇ ਵਜ਼ਨ ਹੋਏਗਾ 300 ਰੁਪਏ ਰੇਟ ਹੋ ਜਾਏਗਾ ਜੀ ਤੇ ਨਦੀਮ ਭਾਈ ਇਹਨਾਂ ਨੂੰ 2 300 ਰੁਪਏ ਤੁਸੀਂ 290 ਰੁਪਏ ਕਹਿ ਰਹੇ ਜੀ ਜਿਹੜੇ ਭਾਈ ਲੈਣਾ ਚਾਹਵਾ ਤੇ ਇਹਨਾਂ ਨੂੰ ਕਿਵੇਂ ਦਿਓਗੇ ਇਹਨਾਂ ਨੂੰ ਰਜਾ ਕੇ ਪਾਣੀ ਸ਼ਾਨੀ ਪਿਆ ਕੇ ਜਿਵੇਂ ਮੰਡੀਆਂ ਚ ਕੀਤਾ ਜਾਂਦਾ ਪੈਪਰ ਨਾਲ ਪਾਣੀ ਪਿਆ ਕੇ ਜਾਂ ਨਾਰਮਲ ਫੀਡਿੰਗ ਤੇ ਨਹੀਂ ਜੀ ਨਾਰਮਲ ਫੀਡਿੰਗ ਦੇ ਦੇਾਂਗੇ ਜੇ ਤੁਹਾਡੇ ਸਾਹਮਣੇ ਜੋ ਕੁਝ ਖਾਦਾ ਪੀਦਾ ਹੋਊਗਾ ਕੀ ਤੁਹਾਡੇ ਸਾਹਮਣੇ ਖੁਰਲੀਆਂ ਚ ਹੋਏਗਾ ਇਹ ਨਹੀਂ ਵੀ ਤੁਸੀਂ ਆਓਗੇ ਜੀ ਖੁਰਲੀਆਂ ਸਾਫ਼ ਕਰਦੇਾਂਗੇ ਜੋ ਕੁਝ ਹੋਏਗਾ ਸਾਹਮਣੇ ਤੁਹਾਡੇ ਪਿਆ ਹੋਏਗਾ ਅੱਲਾ ਦੇ ਕੋਨਾਲੀ अच्छा अगर किसे नु भाई, भाई के, के नु कि नीली रावी दीयां कटियां कटटे चाहिदे उण तो ندیم بھائی ਨਾਲ رابطہ ਕਰ ਸਕਦਾ 290 ਰੁਪਏ ਕੱਟੀ ਦਾ ਰੇਟ ਹੈ اچھا ندیم بھائی ਕੋ ਦੋ ਇਹਨੂੰ ਟੋਰ ਕੇ ਵਹਾਓ ਕਿ ਦੋ ਤਿੰਨ ਕਟੀਆਂ ਹੋਰ ਖੋਲ ਕੇ ਟੋਰ ਕੇ ਵਹਾਓ ਜ਼ਰਾ ਦੇਖਣ ਵਾਲੇ ਪਾਈਆਂ ਨੂੰ ਤਾਂ ਕਿ ਪਤਾ ਲੱਗੇ ਤੁਹਾਡੇ ਕੋਲ ਕੇ ਜਾ ਕੇ ਜਾ ਮਾਲ ਹੈ ਮਾਸ਼ਾਅੱਲਾ ਜੀ ਬੜੀ ਖੂਬਸੂਰਤ ਕੱਟੀ ਹੈ ਇਹ ਕੱਟੀ ਜੀ ਨੀਲੀ ਰਾਵੀ ਦੀ ਜੇ اچھا ਨੀਲੀ ਰਾਵੀ ਦੀ ਕੀ ਪਛਾਣ ਹੈ ਨੀਲੀ ਰਾਵੀ ਦੀ ਇਹ ਪਛਾਣ ਦੀ ਕੱਟੀ ਆਪਣਾ ਲੰਮੀ ਵੇਲ ਦੀ ਹੁੰਦੀ ਜੇ ਕੱਦ ਬੋਤਲੀ ਕੱਟੀ ਹੁੰਦੀ ਹੈ ਤੇ ਮੱਥੇ ਚੋਂ ਦੇ ਫੁੱਲੀ ਹੁੰਦੀ ਹੈ ਅੱਛਾ ਮਾਸ਼ਾਅੱਲਾ ਜੀ ਇਹ ਮਾਸ਼ਾਅੱਲਾ ਜੀ ਆ ਨੀਲੀ ਰਾਵੀ ਦੀ ਕੱਟੀ ਏ ਤੁਸੀਂ ਭਾਈ ਵੇਖ ਸਕਦੇ ਜੀ ਨਦੀਮ ਭਾਈ ਇਹਦਾ ਕਿੰਨਾ ਵਜ਼ਨ ਹੋਏਗਾ ਇਹ ਕੱਟੀ ਜਾਈ 300 ਕਿਲੋ ਵਜ਼ਨ ਹੋ ਜਾਣਾ ਜੀ ਜੀ ਅੱਛਾ ਮਾਸ਼ਾਅੱਲਾ 300 ਕਿਲੋ ਵਜ਼ਨ ਹੋ ਜਾਣਾ ਤੇ ਨਦੀਮ ਭਈਏ ਜਿਹੜੀਆਂ ਕਟੀਆਂ ਖੜੀਆਂ ਨੇ ਤੁਹਾਡੇ ਕੋਲੇ ਇਹ ਵੇਗੀਆਂ ਨੇ ਆਰਡਰ ਆਲੀਆਂ ਨੇ ਜਾਂ ਕੋਈ ਭਾਈ ਲੈਣਾ ਚਾਵੇ ਲੈ ਸਕਦਾ ਇਹ ਵੀਰ ਜੀ ਕਟੀਆਂ ਆਰਡਰ ਵਾਲੀਆਂ ਆਈਆਂ ਨੇ ਤੇ ਕੱਟੇ ਵੀ ਆਰਡਰ ਵਾਲੇ ਆਏ ਨੇ ਕਾ ਆਰਡਰ ਦਾ ਮਾਲ ਹੁੰਦਾ ਤੇ ਆਰਡਰ ਦਾ ਮਾਲ ਚੱਲ ਜਾਂਦਾ ਜੀ ਅੱਛਾ ਇਹ ਆਰਡਰ ਦਾ ਮਾਲ ਸਾਰਾ ਖੜਾ ਹੈ ਤੇ ਭਾਈ ਜਿਹੜੀ ਆਏ ਬੈਠੇ ਨੇ ਜਿਨ੍ਹਾਂ ਲੈਣਾ ਕੱਟੇ ਜੀ 260 ਰੁਪਏ ਮਿਲेंगे 150 ਕਿਲੋ ਵਾਲਾ ਦੇ ਉੱਤੇ ਹੋ ਜਾਏਗਾ ਉਹਦਾ ਰੇਟ 70 ਰੁਪਏ ਹੋ ਜਾਏਗਾ ਜੀ ਅੱਛਾ 260 ਰੁਪਏ ਕਿਲੋ 150 ਕਿਲੋ ਤੱਕ ਮਿਲੇਗਾ ਜਿਹੜਾ 150 ਕਿਲੋ ਤੋਂ ਉੱਤੇ ਕੱਟਾ ਨਿਕਲ ਜਾਏਗਾ ਉਹਦਾ 270 ਰੁਪਏ ਕਿਲੋ ਨਦੀਮ ਭਾਈ ਦਾ ਕਹਿਣਾ ਜੀ 290 ਰੁਪਏ ਕਿਲੋ ਕੱਟੀ ਕੱਟਾ 260 ਰੁਪਏ ਜਿੰਦਾ ਵਜ਼ਨ 150 ਕਿਲੋ ਤੱਕ ਹੋਵੇਗਾ ਜ਼ਿੰਦਾ ਅਗਰ 200 150 ਤੋਂ ਉੱਤੇ ਵਜ਼ਨ ਨਾਲ ਲੈਣਾ ਹੋਵੇ ਫਿਰ ਉਹਦਾ ਵਜ਼ਨ ਰੇਟ ਹੋਏਗਾ 270 ਰੁਪਏ ਕਿਲੋ ਨਦੀਮ ਭਈ ਇਸ ਤਰੀਕੇ ਹੀ ਇਸ ਤਰ੍ਹਾਂ ਜੀ ਇਸ ਤਰ੍ਹਾਂ ਅੱਛਾ ਸਾਨੂੰ ਕੋਈ ਹੋਰ ਵੱਛੇ ਤੁਹਾਡੇ ਕੋਲ ਖੜੇ ਨੇ ਉਹ ਸਾਈਵਾਲ ਦਾ ਵੱਛਾ ਖੜਾ ਹੈ ਇਹ ਵੱਛਿਆਂ ਦਾ ਕੀ ਰੇਟ ਜੇ ਵੱਛਾ ਜੀ ਅਗਰ ਸਾਈਵਾਲ ਲਵੋਗੇ ਉਹਦਾ 330 ਰੁਪਏ ਕਿਲੋ ਮਿਲੇਗਾ ਕਰਾਸ ਵੱਛਾ 300 ਰੁਪਏ ਕਿਲੋ ਤੁਹਾਨੂੰ ਮਿਲ ਜਾਏਗਾ ਜੀ ਅੱਛਾ ਕਰਾਸ ਵੱਛਾ 300 ਰੁਪਏ ਕਿਲੋ ਸਾਈਵਾਲ ਦਾ ਵੱਛਾ 330 ਰੁਪਏ ਕਿਲੋ ਤੇ ਦੋਂਦੇ ਹੋਵਣਗੇ ਖੀਰੇ ਹੋਵਣਗੇ ਇਹ ਜਖੀਰੇ ਹੋਣਗੇ ਉਹ ਤੁਹਾਨੂੰ ਮਿਲਣਗੇ ਦੋਂਦੇ ਲਵੋਗੇ ਉਹਦਾ ਰੇਟ ਜ਼ਿਆਦਾ ਹੋ ਜਾਏਗਾ ਜੀ ਦੋਂਦੇ ਕੁਰਬਾਨੀ ਦੇ ਜਿਹੜੇ ਲੱਗ ਜਣ ਉਹਨਾਂ ਦਾ ਕੀ ਰੇਟ ਉਹ 350 ਰੇਟ ਹੋਏਗਾ ਜੀ ਉਹ 350 ਰੁਪਏ ਕਿਲੋ ਆ ਦੇਖ ਸਕਦੇ ਨੇ ਤੁਸੀਂ ਸਾਰੇ ਭਾਈ ਮਾਸ਼ਾਅੱਲਾ ਇਹਨਾਂ ਕੋ ਕੱਟੇ ਵੀ ਖੜੇ ਨੇ ਕਟੀਆਂ ਵੀ ਖੜੀਆਂ ਨੇ ਬੱਛੇ ਵੀ ਖੜੇ ਨੇ ਬੱਛੇ ਦਾ ਖੈਰ ਦੋ ਹੀ ਖੜੇ ਨੇ ਫਿਲਹਾਲ ਵਕਤ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਭਾਈ ਲੈਣਾ ਚਾਵੇ ਉਹਨਾਂ ਲਿਆ ਦੇਵਾਂਗੇ ਅਗਰ ਨਦੀਮ ਭਾਈ ਕੋਈ ਭਾਈ ਕਟੀਆਂ ਕੱਟੇ ਲੈਣਾ ਚਾਹੁੰਦਾ ਹੈ ਤੁਹਾਡੇ ਕੋਲੋਂ ਤਾਂ ਉਹਦਾ ਕੀ ਤਰੀਕਾ ਕਰ ਉਹਦਾ ਤਰੀਕਾ ਕਰ ਇਹ ਜਾਨਵਰ ਜਿੰਨੇ ਲੈਣੇ ਉਹ ਬਿਆਨਾ ਬਿਗੈਰ ਬਿਆਨੇ ਤੋਂ ਮਾਲ ਨਹੀਂ ਮਿਲਣਾ ਬਿਗੈਰ ਵਹਿਨਤ ਵੀਰ ਜੀ ਮਾਲ ਨਹੀਂ ਮਿਲ ਸਕਦਾ ਅਗਰ ਐਸੇ ਲੋਕ ਵੇਚੇਗੇ ਨੇ ਬਿਗੈਰ ਬਿਆਨੇ ਤੋਂ ਬਿਗੈਰ ਸਾਨੂੰ ਆਰਡਰ ਕਰ ਦਿੰਦੇ ਨੇ ਮੋੜ ਕੇ ਸਾਡੇ ਕੋਲ ਪਹੁੰਚਦੇ ਨਹੀਂ ਹੈਗੇ ਜਾਨਵਰ ਉਹਨਾਂ ਦੇ ਆ ਜਾਂਦੇ ਨੇ ਫਿਰ ਉਹ ਹੋਰ ਕਿਸੇ ਨੂੰ ਦੇਣੇ ਪੈਂਦੇ ਨੇ ਜੀ ਯਾਨੀ ਕਿ ਲੋਕ ਤੰਗ ਕਰਦੇ ਨੇ ਜਿੰਦੀ ਵਜ੍ਹਾ ਤੋਂ ਬਿਆਨਾ ਲੈਣਾ ਜ਼ਰੂਰੀ ਹੈ ਅਗਰ ਲੋਕ ਤੰਗ ਨਾ ਕਰਨ ਤਾਂ ਬਿਆਨੇ ਦਾ ਵੀ ਕੋਈ ਮਸਲਾ ਨਹੀਂ ਹੈ ਹਾਂਜੀ ਬਿਆਨੇ ਦਾ ਮਸਲਾ ਕੋਈ ਨਹੀਂ ਤੰਗ ਨਾ ਕਰਨ ਤਾਂ ਤਾਂ ਇਹ ਗੱਲ ਹੈ ਨਾ ਅੱਛਾ ਕੋਈ ਹੋਰ ਕੋਈ ਤੋਹਫਾ ਤੁਹਾਡੇ ਕੋਲ ਨੀਲੀ ਦਾ ਹੋਵੇ ਰਾਵੀ ਦਾ ਹੋਵੇ ਜਿਹੜਾ ਤੁਸੀਂ ਵਹਾਣਾ ਚਾਹੋ ਹਾਓ ਜਰਾ ਜੀ ਇਹ ਵੀ ਦੋ ਦਾਣੇ ਨੀਲੀ 라ਵੀ ਦੇ ਪਿਓਰ ਨੀਲੀ ਦੇ ਅੱਛਾ ਮਾਸ਼ਾਅੱਲਾ ਆ ਵੀ ਦੋ ਦਾਣੇ ਪਿਓਰ ਨੀਲੀ ਦੇ ਖੜੇ ਨੇ ਮਾਸ਼ਾਅੱਲਾ ਬੜੀ ਖੂਬਸੂਰਤ ਕੱਟੀ ਹੈ ਜੀ ਕਦ ਬਹੁਤ ਵੇਖੋ ਇਹਦਾ ਇਹਦਾ ਚਿਹਰਾ ਵੇਖੋ ਕਦ ਬਹੁਤ ਕੱਟੀ ਦਾ ਕਾਲੀ ਸ਼ਾਹ ਸਿੰਘ ਵੇਖੋ ਇਹਦੇ ਮਾਸ਼ਾਅੱਲਾ ਨੀਲੀ 라ਵੀ ਦੀ ਇਹ ਖਾਸੀਅਤ ਹੈ ਸ਼ਾਹ ਕਾਲੀ ਕੱਟੀ ਹੋਏਗੀ ਜੀ ਸ਼ਾਹ ਕਾਲੀ ਲੰਮੇ ਮੂੰਹ ਵਾਲੀ ਹੋਏਗੀ ਬਰੀਕ ਚਮੜੀ ਦੀ ਇੱਕ ਕੱਡੀ ਵਾਲੀ ਕੱਟੀ ਹੋਏਗੀ ਨੀਲੀ 라ਵੀ ਦੀ ਕੱਟੀ ਜੜੀ ਹੋਏਗੀ ਜੀ ਅੱਛਾ ਨਦੀਮ ਭਾਈ ਕਿਸੇ ਭਾਈ ਨੇ ਸਾਰੀਆਂ ਹੀ ਨੀਲੀ ਦੀਆਂ ਕਟੀਆਂ ਲੈਣੀਆਂ ਹਨ ਜਿਵੇਂ ਆਹ ਕੱਟੀ ਖੜੀ ਹੈ ਦੀ ਕੱਟੀ ਇਸ ਵਜ਼ਨ ਦੀ 300 ਕਿਲੋ ਵਾਲੀ 250 ਕਿਲੋ ਦੇ ਉੱਤੇ ਵਾਲੀ 250 ਤੋਂ ਉੱਤੇ ਵਾਲੀ ਉਹਦਾ ਕੀ ਰੇਟ ਹੋਏਗਾ ਉਹਦਾ ਰੇਟ ਜੇ 300 ਕਿਲੋ ਤੱਕ ਹੋਏਗਾ ਤਾਂ 290 ਰੁਪਏ ਰੇਟ ਹੋਏਗਾ ਅੱਛਾ 300 ਕਿਲੋ ਤੱਕ ਵੀ ਝੋਟੀ ਹੋਵੇਗੀ ਨੀਲੀ ਦੀ ਮਿਲੇਗੀ ਤੇ 290 ਰੁਪਏ ਕਿਲੋ ਮਿਲੇ ਦੀ ਅਗਰ 300 ਕਿਲੋ ਤੋਂ ਉੱਤੇ ਨਿਕਲ ਜਾਏ ਤਾਂ ਉਹਦਾ ਕੀ ਰੇਟ ਹੋਏਗਾ ਉਹਦਾ ਰੇਟ 300 ਰੁਪਏ ਹੋ ਜਾਏਗਾ ਜੇ 300 ਕਿਲੋ ਉੱਤੇ ਨਿਕਲ ਜਾਏ ਦੀ ਅੱਛਾ 300 ਕਿਲੋ ਜਿਹੜੀ ਉੱਤੇ ਨਿਕਲੇਗੀ ਉਹਦਾ ਰੇਟ 300 ਰੁਪਏ ਕਿਲੋ ਹੋ ਜਾਏਗਾ ਅੱਛਾ ਨਦੀਮ ਭਾਈ ਇਹ ਦੱਸਿਆ ਜੇ ਜਿਹੜਾ ਮਾਲ ਇਹਦੀ ਡਿਲੀਵਰੀ ਤੁਹਾਡੀ ਹੋਏਗੀ ਜਾਂ ਜਿਹੜਾ ਖਰੀਦੇਗਾ ਉਹਦੀ ਹੋਏਗੀ ਨਹੀਂ ਜੀ ਇਹਦੀ ਡਿਲੀਵਰੀ 15 ਜਨਵਰੀ ਦੇ 300 ਕਿਲੋਮੀਟਰ ਦੇ ਕਸਰੀ ਹੈ ਜੀ ਅਗਰ ਕੋਈ ਭਾਈ 15 ਜਨਵਰੀ ਲਵੇ ਤੇ 300 ਕਿਲੋਮੀਟਰ ਦੇ ਅੰਦਰ ਅੰਦਰ ਰਵੇ ਤੇ ਫਿਰ ਡਿਲੀਵਰੀ ਤੁਹਾਡੀ ਹੈ ਅਗਰ ਕੋਈ ਭਾਈ 300 ਕਿਲੋਮੀਟਰ ਤੋਂ ਬਾਹਰ ਨਿਕਲੇ ਦੂਰ ਤੋਂ ਹੋਵੇ ਤੇ ਫਿਰ ਡਿਲੀਵਰੀ ਆਉਂਦੀ ਹੈ ਆਉਂਦੀ ਡਿਲੀਵਰੀ ਹੈ ਤੁਹਾਨੂੰ ਫਿਰ ਵੀ ਨਰਾਜ਼ ਕਰਕੇ ਨਹੀਂ ਭੇਜਾਂ ਖੁਸ਼ ਕਰਕੇ ਲਦਕੋ ਨੂੰ ਭੇਜਾਂ ਜਿੱਦਾਂ ਮੇਰਾ ਵੀਰ ਖੁਸ਼ ਹੋਏਗਾ ਉਹਦੇ ਹੀ ਖੁਸ਼ ਕਰਾਂਗੇ ਕਿਵੇਂ ਖੁਸ਼ ਕਰੋਗੇ ਕਿਰਾਇਆ ਅੱਧਾ ਦਿਓਗੇ ਕਿਵੇਂ ਕਰੋਗੇ ਉਹ ਮੇਰਾ ਭਰਾ ਜਿੱਦਾਂ ਕਹੇਗਾ ਉਹਨੂੰ ਉਹਦੇ ਹੀ ਖ ਨਰਾਜ਼ ਕਰਕੇ ਨਹੀਂ ਭੇਜਾਂਗੇ ਨਦੀਮ ਭਾਈ ਤੁਸੀਂ ਇਹ ਦੱਸੋ ਕਿੰਨਾ ਟਾਰਗੇਟ ਤੁਸੀਂ ਮੈਨੇ ਹਫਤੇ ਚ ਕਿੰਨੇ ਜਾਨਵਰ ਇਕੱਠੇ ਕਰਕੇ ਦੇ ਸਕਦੇ ਜੇ ਅਗਰ ਕਿਸੇ ਭਾਈ ਨੂੰ 100 ਜਾਨਵਰ ਚਾਹੀਦੇ ਹੋ ਫਿਰ ਉਹ ਵੀਰ ਜੀ ਜਿੰਨਾ ਜਾਨਵਰ ਨੂੰ ਚਾਹੀਦੇ ਉਹਨੇ ਹੀ ਮਿਲ ਜਾਗਾ ਡਿਲੀਵਰੀ ਸਾਡੀ 2 ਦਿਨ ਬਾਅਦ ਡਿਲੀਵਰੀ ਮਿਲੇਗੀ ਅਬ ਬਿਆਨਾ ਸਾਨੂੰ ਅੱਜ ਕਰਾ ਦੇਣੇ 2 ਦਿਨ ਬਾਅਦ ਜਾਨਵਰ ਨੂੰ ਮਿਲ ਜਾਂਦਾ ਜੀ ਅੱਛਾ ਅੱਜ ਬਿਆਨਾ ਹੋਵੇ ਤਾਂ 2 2 ਦਿਨ ਦਾ ਟਾਈਮ ਲਵੋਗੇ ਤੇ ਡਿਲੀਵਰੀ ਹੁੰਦੀ ਉਹਨੂੰ ਮਿਲ ਜਾਏਗੀ ਹਾਂਜੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਭਾਈ ਅੱਛਾ ਨਦੀਮ ਭਾਈ ਆਪਦਾ ਨੰਬਰ ਦਿਓ ਤਾਂ ਕਿ ਜਿਹੜੇ ਭਾਈ ਕੱਟੇ ਕਟੀਆਂ ਲੈਣਾ ਚਾਹਣ ਜਾਂ ਵੱਚੇ ਲੈਣਾ ਚਾਹਣ ਉਹ ਤੁਹਾਡੇ ਨਾਲ ਰਾਬਤਾ ਕਰਨ ਰਾਬਤਾ ਕਰਕੇ ਮੇਰਾ ਨੰਬਰ ਹੈ 0308 146808 ਦੁਬਾਰਾ ਦੱਸ ਦਿਓ ਮੇਰਾ ਨੰਬਰ 0308 146808 ਨੰਬਰ ਹੈ ਜੀ ਅੱਛਾ ਨਦੀਮ ਭਾਈ ਧੋਖਾ ਵੀ ਬੜਾ ਹੋ ਰਿਹਾ ਲੋ ਵਹਾਂ ਦੇ ਕੋਈ ਚੀਜ਼ ਹੋਰ ਨੇ ਵੇਚਦੇ ਕੋਈ ਹੋਰ ਨੇ ਤੇ ਤੁਸੀਂ ਜਿਹੜੀ ਚੀਜ਼ ਵਖਾਓਗੇ ਜਿਹੜੀ ਚੀਜ਼ ਦੀ ਗੱਲ ਕਰੋਗੇ ਜਿੰਨਾ ਬਿਆਨਾ ਮਖਾਓਗੇ ਉਹੀ ਦਿਓਗੇ ਜਾਂ ਹੋਲੀ ਚੀਜ਼ ਦਿਓਗੇ ਨਹੀਂ ਜੀ ਵੀਰ ਜੀ ਜਿਹੜੀ ਗੱਲ ਹੋ ਜੇਗੀ ਉਹ ਕੀ ਗੱਲ ਦਾ ਪੂਰਾ ਉਤਰਾਂਗੇ ਤੇ ਗੱਲ ਇਹ ਆ ਨਾ ਅਸੀਂ ਵਖਾਉਣ ਵਾਲੀ ਗੱਲ ਨਹੀਂ ਇੱਥੇ ਆਣ ਕੇ ਵੇਖਣਗੇ ਆਪਣੀ ਚੀਜ਼ ਪਸੰਦ ਕਰਕੇ ਲੈ ਕੇ ਜਾਣਗੇ ਜੀ ਅੱਛਾ ਜਿਹੜੇ ਬਾਈ ਹੁਣ ਆਏ ਨੇ ਕੱਟੇ ਕਟੀਆਂ ਲੈਣ ਉਹਨਾਂ ਕੀ ਚੀਜ਼ ਜਿਹੜੀ ਆ ਗੱਡੀ ਉਹਨਾਂ ਲੋਡ ਕਰਨੀ ਹੈ ਇਹਨਾਂ ਕੀ ਲੋਡ ਕਰਨਾ ਹੈ ਇਹਨਾਂ ਜੀ ਕੱਟੇ ਲੋਡ ਕਰਨੇ ਜੀ 15 ਜਾਨਵਾਰ ਲੋਡ ਕਰਨੇ ਜੀ 15 ਜਾਨਵਾਰ ਲੋਡ ਕਰਨੇ ਹਾਂਜੀ ਉਹ ਬਾਈ ਇਹਨਾਂ ਨਾਲ ਗੁਫ਼ਤਗੂ ਹੋ ਸਕਦੀ ਹਾਂਜੀ ਉਹਨਾਂ ਨਾਲ ਹੋ ਸਕਦੀ ਭਾਈ ਬਲਾਓ ਜ਼ਰਾ ਉਹਨਾਂ ਨੂੰ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਭਾਈ ਜਾਨ ਆਪਣਾ ਨਾਮ ਦੱਸਿਆ ਮੇਰਾ ਨਾਮ ਅਬਦਸਮਾਦ ਹੈ ਜੀ ਅੱਛਾ ਅਬਦਸਮਾਦ ਸਾਹਿਬ ਕਿੱਥੋਂ ਆਏ ਜੇ ਅਸੀਂ ਜੀ ਤਹਿਸੀਲ ਫੋਟਾਬਾਸ ਮਰੋੜ ਤੋਂ ਆਏ ਜ਼ਿਲ੍ਹਾ ਬਾਵਲਨਗਰ ਬੜੀ ਦੂਰੋਂ ਆਏ ਜੀ ਹਾਂਜੀ ਤਕਰੀਬਨ 400 ਕਿਲੋਮੀਟਰ ਸਫ਼ਰ ਕਰਕੇ ਆਏ ਅੱਛਾ 400 ਕਿਲੋਮੀਟਰ ਸਫ਼ਰ ਕਰਕੇ ਆਏ ਹੋ ਕਿੰਨੇ ਕਟੇ ਖਰੀਦਣ ਨਦੀਮ ਸਾਹਿਬ ਕੋਲੋਂ ਅਸੀਂ ਨਦੀਮ ਸਾਹਿਬ ਕੋਲੋਂ 15 ਕਟੇ ਲੈ ਆਏ ਜੀ ਨਦੀਮ ਸਾਹਿਬ ਕੋਲੋਂ 15 ਕਟੇ ਕਿਸ ਰੇਟ ਤੇ ਲੈਣ ਅਸੀਂ ਲੈ ਜੀ 260 ਰੁਪਏ ਤੇ ਡਿਲੀਵਰੀ ਇਹਨਾਂ ਨੇ 300 ਕਿਲੋਮੀਟਰ ਤਿੱਕਰ ਦੇਣੀ ਆ ਤੇ ਬਾਕੀ ਅੱਗੋਂ ਅਸੀਂ ਆਪੇ ਐਡਜਸਟ ਕਰਾਂਗੇ ਜਿਸ ਤਰ੍ਹਾਂ ਵੀ ਹੋਈ ਅੱਛਾ 260 ਰੁਪਏ ਜਿਹੜੇ ਤੁਸੀਂ ਕਟੇ ਲੈਣੇ ਵਜ਼ਨ ਕੀ ਉਹਨਾਂ ਦਾ ਉਹਨਾਂ ਦਾ ਵਜ਼ਨ ਹੈਗਾ ਜੀ 100 110 ਕਿਲੋ 100 ਕਿਲੋ ਤੋਂ ਲੈ ਕੇ 110 ਕਿਲੋ ਇਹ ਤੁਸੀਂ ਆਖਿਆ ਹੈ ਵਜ਼ਨ ਦਿਓ ਜਾਂ ਇਹਨਾਂ ਆਖਿਆ ਨਹੀਂ ਅਸੀਂ ਇਹਨਾਂ ਨੂੰ ਆਖਿਆ ਸੀ ਅਸੀਂ 2-3 ਦਿਨ ਪਹਿਲੇ ਇਹਨਾਂ ਨੂੰ ਆਰਡਰ ਦਿੱਤਾ ਸੀਗਾ ਤੇ ਫੀ ਕੱਟਾ 1000 ਰੁਪਿਆ ਇਹਨਾਂ ਨੂੰ ਅਡਵਾਂਸ ਦਿੱਤਾ ਸੀਗਾ ਅੱਛਾ ਤੇ ਉਹਨਾਂ ਨੇ ਡਿਮਾਂਡ ਕੀਤੀ ਸੀ ਸਾਨੂੰ 100 ਤੋਂ 110 ਕਿਜੀ ਦੇ ਚਾਹੀਦੇ ਅੱਛਾ ਖੁਦ ਇਹ ਤੁਹਾਨੂੰ ਛੋਟਾ ਸਾਈਜ਼ ਲੈ ਰਹਾ ਜੀ ਛੋਟਾ ਸਾਈਜ਼ ਲੈਣ ਦੀ ਵਜ੍ਹਾ بس ویسے ਅਸੀਂ ਉਹਨਾਂ ਨੂੰ 2-3 7-8 ਮਹੀਨੇ ਉਹਨਾਂ ਨੂੰ ਪਾਲਾਂਗੇ ਤੇ ਉਸ ਤੋਂ ਬਾਅਦ ਅਸੀਂ ਸੇਲ ਕਰਾਂਗੇ। ਅੱਛਾ ਮਾਲ ਤੁਹਾਨੂੰ ਨਦੀਮ ਭਾਈ ਨੇ ਵਖਾਇਆ ਪਸੰਦ ਆਇਆ ਤੁਹਾਡੀ ਮਰਜ਼ੀ ਦਾ ਹੈ ਜਾਂ ਅੱਗਾ ਪਿਛਾ ਖੁੱਲ ਕੇ ਗੱਲ ਕਰੋ। ਜੀ ਬਿਲਕੁਲ ਪਸੰਦ ਆਇਆ ਸਾਨੂੰ ਸਾਡੀ ਮਰਜ਼ੀ ਦਾ ਜਿੱਦਾਂ ਸਾਨੂੰ ਚਾਹੀਦਾ ਸੀ ਸਾਡੀ ਰਿਕੁਆਇਰਮੈਂਟ ਜਿਸ ਤਰ੍ਹਾਂ ਦੀ ਸੀਗੀ ਸਾਨੂੰ ਉਦਾਂ ਦਾ ਹੀ ਮਿਲਿਆ। ਤੇ ਕਿਦੋਂ ਤੁਸੀਂ ਲੋਡਿੰਗ ਕਰਨੀ ਤੁਹਾਡੀ ਗੱਡੀ ਕਿਦੋਂ ਆਣੀ? ਗੱਡੀ ਸਾਡੀ ਬੱਸ ਆ ਰਹੀ ਆ ਤੇ ਬੱਸ 10-15 ਮਿੰਟਾਂ ਤੱਕ ਅਸੀਂ ਲੋਡ ਕਰ ਲੈਣ। ਬਹੁਤ ਸ਼ੁਕਰੀਆ ਅਬਦੁਸਮਦ ਭਾਈ। ਲੇ ਜੀ आप भाइयों ने गुफ्तु सुनी नदीम भाई की भी और जो भाई ख़रीद के जा रहे हैं कट्टे उनकी भी गुफ्तु सुनी नदीम भाई ने कट्टे भी बता दिए कट्टे का रे रेट भी बता दिए कट्टे का जो रेट है वो दो सौ साठ रुपये किलो और तीन सौ किलोमीटर तक डिलीवरी फ्री है कट्टी का रेट दो सौ नब्बे रुपये किलो और पंद्रह जानवर अगर कोई भाई लेगा कटे या कटियाँ फिर जो इनकी डिलीवरी होगी जो इनका किराया होगा वो फ्री होगा अदरवाइज अगर कम होंगे तो फिर किराया फार्मर को ख़ुद पे करना पड़ेगा मैं उम्मीद करता हूँ कि आज की वीडियो आप भाइयों को पसंद आई होगी आज के लिए इतना ही अपने मेज़बान इनाम अंसारी को यूनिवर्सल टॉपिक से दीजिएगा इजाज़त अपना बहुत सारा ख्याल रखिएगा दुआओं में याद रखेगा अल्लाके बाद